ਸਤਿੰਦਰ ਬਜਰੰਗ ਪੁਨੀਆ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਾਂਗਰਸ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਇਹ ਵੱਡੀ ਨਿਯੁਕਤੀ ਕੀਤੀ ਗਈ ਹੈ। ਆਲ ਇੰਡੀਆ ਕਿਸਾਨ ਕਾਂਗਰਸ ਦੇ ਵਰਕਿੰਗ ਚੇਅਰਮੈਨ ਬਣੇ ਨੇ ਬਜਰੰਗ ਪੁਨੀਆ। ਤਾਂ ਕਾਂਗਰਸ ਕਮਿਟ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਬਜਰੰਗ ਪੁਨੀਆ। ਬਜਰੰਗ ਪੁਨੀਆ ਦੇ ਨਾਲ ਵਿਨੇਸ਼ ਫੋਗਾਟ ਨੇ ਵੀ ਸ਼ਮੂਲੀਅਤ ਕੀਤੀ ਹੈ। ਔਰ ਦੱਸ ਦਈਏ ਕਿ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਇਹਨਾਂ ਦੋਵਾਂ ਖਿਡਾਰੀਆਂ ਦੇ ਵੱਲੋਂ ਜਿਹੜੇ ਇੰਟਰਨੈਸ਼ਨਲ ਦੇ ਗੋਲਡ ਮੈਡਲਿਸਟ ਨੇ ਕੀਤੀ ਗਈ ਹੈ। ਤਾਂ ਕੁੱਲ ਮਿਲਾ ਕੇ ਹੁਣ ਦੇਖਣਾ ਹੋਏਗਾ ਕਿਸ ਤਰੀਕੇ ਸਿਆਸੀ ਦੰਗਲ ਹੁੰਦਾ। ਤਾਂ ਹਰਿਆਣਾ ਦੀ ਸਿਆਸਤ ਦੇ ਵਿੱਚ ਇਹ ਵੱਡੇ ਧਮਾਕੇ ਹੋਏ ਨੇ। ਵਿਨੇਸ਼ ਫੋਗਾਟ ਨੇ ਪਹਿਲਵਾਨੀ ਦੇ ਦੰਗਲ ਤੋਂ ਸਿਆਸਤ ਦੇ ਵਿੱਚ ਐਂਟਰੀ ਕਰ ਲਈ ਹੈ। ਤਾਂ ਰੈਸਲਰ ਵਿਨੇਸ਼ ਅਤੇ ਬਜਰੰਗ ਪੁਨੀਆ ਕਾਂਗਰਸ 'ਚ ਸ਼ਾਮਲ ਹੋਏ ਨੇ। ਇਸ ਦੌਰਾਨ ਦੋਵਾਂ ਨੇ ਬੀਜੇਪੀ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ। ਇਹ ਤਸਵੀਰਾਂ ਕਾਂਗਰਸ ਹੈੱਡਕੁਆਰਟਰ ਦਿੱਲੀ ਤੋਂ ਆਈਆਂ, ਜਿਸ ਦੀ ਗੂੰਜ ਹਰਿਆਣਾ ਦੀਆਂ ਸਿਆਸੀ ਫਿਜ਼ਾਵਾਂ ਤੱਕ ਪਹੁੰਚੀ। ਰੈਸਲਰ ਵਿਨੇਸ਼ ਫੋਗਾਟ ਤੇ ਬਜਰੰਗ ਪੁਨੀਆ ਪਹਿਲਵਾਨੀ ਦੇ ਦੰਗਲ ਤੋਂ ਸਿਆਸੀ ਦੰਗਲ ਦੇ ਵਿੱਚ ਐਂਟਰ ਹੋ ਗਏ ਨੇ ਤੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੇ ਲਈ ਚੁਣਿਆ ਕਾਂਗਰਸ ਪਾਰਟੀ ਨੂੰ। ਰੈਸਲਰ ਵਿਨੇਸ਼ ਫੋਗਾਟ ਤੇ ਬਜਰੰਗ ਪੁਨੀਆ ਨੇ ਰਸਮੀ ਤੌਰ ਤੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਤੇ ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਨੂ ਗੋਪਾਲ ਨੇ ਦੋਵਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ। ਤਾਂ ਜਦੋਂ ਬੋਲਣ ਦੀ ਵਾਰੀ ਵਿਨੇਸ਼ ਫੋਗਾਟ ਦੀ ਆਈ ਤਾਂ ਜਿੱਥੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਦੱਸੀ ਉੱਥੇ ਬੀਜੇਪੀ ਨੂੰ ਵੀ ਨਿਸ਼ਾਨੇ 'ਤੇ ਲਿਆ ਤੇ ਬਜਰੰਗ ਪੁਨੀਆ ਨੇ ਵੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਗੱਲ ਕਹੀ। ਕਾਂਗਰਸ ਪਾਰਟੀ ਕਾ ਮੈਂ ਬਹੁਤ ਬਹੁਤ ਧੰਨਵਾਦ ਕਰਤੀ ਹੂੰ, ਕਿਉਂਕਿ ਜੇ ਬੋਲਤੇ ਹੈ ਨਾ ਕਿ ਬੁਰੇ ਟਾਈਮ ਮੇਂ ਪਤਾ ਲੱਗਦਾ ਕਿ ਆਪਣਾ ਕੌਣ ਹੈ। ਜਬ ਹਮ ਰੋਡ ਪੇ ਘਸੀਟੇ ਜਾ ਰਹੇ ਥੇ ਤੋ ਛੋੜ ਕੇ ਬੀਜੇਪੀ ਕੋ ਦੇਸ਼ ਮੇਂ ਜਿਤਨੀ ਵੀ ਪਾਰਟੀਆਂ ਹੈ ਵੋ ਹਮਾਰੇ ਸਾਥ ਮੇਂ ਥੀ, ਹਮਾਰੇ ਦਰਦ ਕੋ ਸਮਝ ਪਾ ਰਹੀ ਥੀ, ਹਮਾਰੇ ਆਸੂਓਂ ਕੋ ਸਮਝ ਪਾ ਰਹੀ ਥੀ। ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹੂੰ ਕਿ ਮੈਂ ਇੱਕ ਐਸੀ ਪਾਰਟੀ ਮੇਂ, ਇੱਕ ਐਸੀ ਵਿਚਾਰਧਾਰਾ ਮੇਂ ਹੂੰ ਜੋ ਮਹਿਲਾਓਂ ਕੇ ਸਾਥ ਹੋ ਰਿਹਾ ਅਨਿਆਏ ਔਰ ਉਨਕੇ ਸਾਥ ਬੁਰੇ ਵਰਤਾਓ ਕੇ ਖਿਲਾਫ ਖੜੀ ਹੈ। ਮੈਂ ਧੰਨਵਾਦ ਦੇਤਾ ਹੂੰ ਸਭੀ ਕਾ। ਹਮ ਆਪਣੀ ਪੂਰੀ ਮਿਹਨਤ, ਜਿਤਨੀ ਹਮਨੇ ਕੁਸ਼ਤੀ ਮੇਂ ਮਿਹਨਤ ਕੀ ਹੈ, ਜਿਤਨੀ ਹਮੇ ਕਿਸਾਨ ਅੰਦੋਲਨ ਮੇਂ ਮਿਹਨਤ ਕਰੀ ਹੈ, ਜਿਤਨਾ ਅਗਨੀਪਥ ਯੋਜਨਾ ਕੇ ਟਾਈਮ ਪੇ ਮਿਹਨਤ ਕਰੀ ਹੈ ਔਰ ਬੇਟੀਓ ਕੇ ਅੰਦੋਲਨ ਮੇਂ ਮਿਹਨਤ ਕਰੀ ਹੈ। ਐਸੇ ਹੀ ਮਿਹਨਤ ਕਰੇਂਗੇ ਔਰ ਕਾਂਗਰਸ ਪਾਰਟੀ ਕੋ ਵੀ ਮਜ਼ਬੂਤ ਕਰੇਂਗੇ ਔਰ ਦੇਸ਼ ਕੋ ਵੀ ਮਜ਼ਬੂਤ ਕਰੇਂਗੇ। ਤਾਂ ਇਸ ਜੁਆਇਨਿੰਗ ਦੇ ਬਾਅਦ ਬੀਜੇਪੀ ਦਾ ਵੀ ਬਿਆਨ ਸਾਹਮਣੇ ਆਇਆ। ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਲੋਕਤੰਤਰ ਹੈ, ਜਿਸ ਦਾ ਮਨ ਚਾਹੇ ਉਹ ਕਿਤੇ ਵੀ ਜਾ ਸਕਦਾ ਹੈ। ਨਹੀਂ, ਕੋਈ ਕਿਸੇ ਮੇਂ ਸ਼ਾਮਿਲ ਹੋਗਾ, ਹਮੇ ਉਸ ਪੇ ਹਮਨੇ ਕਿਆ ਲੈਣਾ ਹੈ। ਅਗਰ ਕੋਈ ਕਿਸੇ ਪਾਰਟੀ ਮੇਂ ਜਾਤਾ ਹੈ, ਹਮਾਰਾ ਕੋਈ ਇਸ। ਜ਼ਿਕਰ ਹੋ ਗਿਆ ਕਿ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕਸ ਦੇ ਵਿੱਚ ਫਾਈਨਲ ਮੁਕਾਬਲੇ ਦੇ ਵਿੱਚ ਭਾਰਤ ਜ਼ਿਆਦਾ ਹੋਣ ਦੇ ਕਾਰਨ ਆਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਿਨੇਸ਼ ਸਣੇ ਹੋਰਨਾਂ ਮਹਿਲਾ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਜਿਸ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਹੋਇਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਾਂਗੇ। ਉਧਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੇ ਮੰਤਰੀ ਹਰਜੋਤ ਬੈਂਸ ਦਾ ਸਪਸ਼ਟੀਕਰਨ ਆਇਆ ਹੈ। ਉਹਨਾਂ ਕਿਹਾ ਕਿ ਮੇਰੇ ਤੇ ਮੇਰੀ ਪਤਨੀ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਬੇਬੁਨਿਆਦ ਨੇ। ਮੇਰੀ ਪਤਨੀ ਬੇਦਾਗ ਰਿਕਾਰਡ ਵਾਲੀ ਆਦਰਸ਼ IPS ਹੈ। ਉਹਨਾਂ ਨੇ ਕਿਹਾ ਅਸੀਂ ਮਾਨਹਾਨੀ ਦਾ ਮੁਕੱਦਮਾ ਦਰਜ ਕਰਾਂਗੇ। ਮੇਰੀ ਪਤਨੀ ਇਮਾਨਦਾਰੀ ਦੀ ਮਿਸਾਲ ਹੈ, ਮੈਨੂੰ ਉਸ ਤੇ ਮਾਣ ਹੈ। ਸੱਚਾਈ ਸਾਹਮਣੇ ਲਿਆਉਣ ਦੇ ਲਈ ਹਰ ਤਰ੍ਹਾਂ ਦੀ ਜਾਂਚ ਦਾ ਸਵਾਗਤ ਹੈ। ਕੇਜਰੀਵਾਲ ਦਾ ਸਿਪਾਹੀ ਹੋਣ ਦੇ ਨਾਤੇ ਇਮਾਨਦਾਰੀ ਮੇਰਾ ਧਰਮ ਹੈ। ਤਾਂ ਦੱਸੀਏ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ IPS ਜੋਤੀ ਯਾਦਵ ਤੇ ਸਾਈਬਰ ਸੈੱਲ ਦੇ ਵਿੱਚ ਇੰਸਪੈਕਟਰ ਅਮਨਜੋਤ ਕੌਰ ਨੇ
100 ਕਰੋੜ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਨੇ ਤੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਤੇ ਹੁਣ ਖੁਦ ਮੰਤਰੀ ਹਰਜੋਤ ਬੈਂਸ ਨੇ ਸਪਸ਼ਟੀਕਰਨ ਦਿੱਤਾ। ਉਧਰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਚੇਤਾਵਨੀ ਦਿੱਤੀ ਹੈ, ਭ੍ਰਿਸ਼ਟ ਅਫਸਰਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਤਾਂ ਉਹਨਾਂ ਕਿਹਾ ਕਿ ਮੇਰੇ ਨਾਂ ਤੇ ਭ੍ਰਿਸ਼ਟਾਚਾਰ ਕਰਨ ਵਾਲੇ ਸੁਧਰ ਜਾਣ, ਕੁਝ ਅਫਸਰ ਮੇਰੇ ਨਾਂ ਤੇ ਭ੍ਰਿਸ਼ਟਾਚਾਰ ਕਰ ਰਹੇ ਨੇ, ਰਿਸ਼ਵਤ ਮੰਗ ਕੇ ਕਹਿੰਦੇ ਨੇ ਕਿ ਪੈਸਾ ਉੱਪਰ ਤੱਕ ਪਹੁੰਚਦਾ ਹੈ। ਮੋਹਾਲੀ ਦੇ ਨਿਆਗਾਓਂ ਦੇ ਈਓ ਅਤੇ ਤਹਿਸੀਲਦਾਰ ਤੇ ਇਲਜ਼ਾਮ ਲਗਾਏ ਗਏ ਨੇ, ਸੁਧਰ ਜਾਓ ਨਹੀਂ ਤਾਂ ਸਖ਼ਤ ਐਕਸ਼ਨ ਹੋਏਗਾ। ਪੁਰਾਣੀਆਂ ਸਰਕਾਰਾਂ ਦੇ ਵੇਲੇ ਤੋਂ ਅਫਸਰਾਂ ਦੀ ਆਦਤ ਵਿਗੜੀ ਹੈ, ਅਨਮੋਲ ਗਗਨ ਮਾਨ ਨੇ ਕਿਹਾ ਕੋਈ ਵੀ ਪੈਸੇ ਮੰਗੇ ਤਾਂ ਮੈਨੂੰ ਤੁਰੰਤ ਸੂਚਿਤ ਕਰੋ। ਕਰਪਸ਼ਨ ਕਰਦੇ ਨੇ, ਲੋਕਾਂ ਤੋਂ ਪੈਸੇ ਫੜਦੇ ਨੇ, ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਨੇ ਪੈਂਦੇ ਆ। ਮੈਂ ਮੀਡੀਆ ਰਾਹੀਂ ਇੱਥੇ ਸ਼ਰੇਆਮ ਥੋਕ ਕੇ ਕਹਿੰਦੀ ਹੈ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਹੈ, ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਹੈ, ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ, ਜਿਹੜੀ ਕਿ ਸ਼ਰਮਸ਼ਾਰ ਗੱਲ ਹੈ। ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹ ਨਾ ਦਿੱਤੇ ਜਾਣ, ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ। ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ, ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ, ਕੋਈ ਸਬੂਤ ਲੈ ਕੇ ਆਉਣਗੇ, ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ, ਇਹਨਾਂ ਤੇ ਨਿਗਾਹ ਰੱਖੂੰਗੀ। ਮੇਰੇ ਤੱਕ ਗੱਲ ਲੈ ਕੇ ਆਓ, ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ, ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ। ਇਹ ਸਾਰਾ ਸਾਰਾ ਆਪਦੇ ਸਿਰ ਉੱਤੇ ਕਰਦੇ, ਇਹਨਾਂ ਦੀਆਂ ਪੁੱਠੀਆਂ ਆਦਤਾਂ ਪਈਆਂ ਹੋਈਆਂ ਨੇ, ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ। ਉਧਰ ਮੁੱਖ ਮੰਤਰੀ ਮਾਨ ਨੇ ਬੀਜੇਪੀ ਤੇ ਨਿਸ਼ਾਨਾ ਸਾਧਿਆ, ਹਰਿਆਣਾ ਦੇ ਵਿੱਚ ਨਾ ਕਿਹਾ ਕਿ 10 ਸਾਲ ਰਹੀ ਹੈ ਡਬਲ ਇੰਜਨ ਦੀ ਸਰਕਾਰ ਤਾਂ ਹਰਿਆਣਾ ਨੂੰ ਡਬਲ ਨਹੀਂ ਬਲਕਿ ਨਵੇਂ ਇੰਜਨ ਦੀ ਲੋੜ ਹੈ। ਨੰਦਾ ਦੀ ਸਿੱਖਿਆ ਦੇ ਨਾਲ ਨਹੀਂ ਬਦਲਦਾ ਕੁੜੀ ਦਾ ਸੁਭਾਅ, ਉਹਨਾਂ ਨੇ ਕਿਹਾ ਹੈ। ਇੱਕ ਦੀ ਥਾਂ ਤੇ 5 ਵੋਟਾਂ ਪਵਾ ਕੇ ਨਤੀਜਾ ਨਹੀਂ ਬਦਲੇਗਾ। ਹਰਿਆਣਾ 'ਚ ਭਾਜਪਾ ਦਾ ਸੁਪੜਾ ਸਾਫ਼ ਹੋਣ ਲੱਗਾ ਹੈ ਤਾਂ ਜਾਖਲ ਦੇ ਵਿੱਚ ਸੀਐਮ ਮਾਨ ਨੇ ਆਪ ਦੇ ਲਈ ਚੋਣ ਪ੍ਰਚਾਰ ਕੀਤਾ ਸੀ, ਜਿਸ ਦੌਰਾਨ ਇਹ ਸ਼ਬਦੀ ਵਾਰ ਕੀਤੇ। ਮੋਦੀ ਸਾਹਿਬ ਕਹਿੰਦੇ ਆ ਜਿੱਥੇ ਜਾਂਦੇ ਉੱਥੇ ਕਹਿੰਦੇ ਆ ਡਬਲ ਇੰਜਨ ਕੀ ਸਰਕਾਰ ਚਾਹੀਏ। ਹਰਿਆਣੇ 'ਚ ਵੀ ਬਣਾਤੀ ਸੀ ਪਿਛਲੇ 10 ਸਾਲ ਤੋਂ ਡਬਲ ਇੰਜਨ, ਆ 2-1.5 ਕੁ ਮਹੀਨਾ ਪਹਿਲਾਂ ਇੱਕ ਇੰਜਨ ਖਰਾਬ ਹੋ ਗਿਆ ਖੱਟਰ, ਉਹਦੀ ਥਾਂ 'ਤੇ ਨਵਾਂ ਹੋਰ ਇੰਜਨ ਲਾਤਾ ਇੱਕ, ਉਹ ਵੀ ਕੋਲੇ ਵਾਲਾ ਹੀ ਹੈ। ਦੋਸਤੋ, ਦੇਸ਼ ਨੂੰ ਡਬਲ ਇੰਜਣ ਦੀ ਲੋੜ ਨਹੀਂ, ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ, ਨਵੇਂ ਇੰਜਣ ਦੀ। ਪਰ ਡਰਦੇ ਨੇ ਇਸ ਗੱਲੋਂ ਕਿਉਂਕਿ ਭਾਜਪਾ ਦਾ ਸੁਪੜਾ ਸਾਫ਼ ਹੋਣ ਲੱਗਿਆ ਹੁਣ ਇੱਥੋਂ ਹਰਿਆਣੇ 'ਚੋਂ, ਡਰੀ ਜਾਂਦੇ ਆ ਹੁਣ। ਕਦੇ ਕਹਿੰਦੇ 2 ਤਰੀਕ ਵਧਾ ਕੇ ਦੇਖ ਲਈਏ, 3-4 ਦਿਨ ਵਧਾ ਕੇ ਦੇਖ ਲਈਏ। ਨੰਦਾ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਵੀਰੋ, ਕੁੜੀ ਦਾ ਸੁਭਾਅ ਜਿਹਾ ਜਿਹਾ ਹੁੰਦਾ, ਨੰਦਾ ਵਾਲੀ ਸਿੱਖਿਆ ਨਾਲ ਬਦਲਦਾ ਨਹੀਂ ਹੈਗਾ। ਚਾਹੇ 1 ਤਰੀਕ ਨੂੰ ਪਵਾ ਲਓ, ਚਾਹੇ 5 ਤਰੀਕ ਨੂੰ ਪਵਾ ਲਓ, ਹਾਰਨੇ ਹੀ ਹਾਰਨਾ, ਬੀਜੇਪੀ ਦਾ ਸੁਪੜਾ ਸਾਫ ਹੋਣੇ ਹੋਣਾ ਹੈ ਇੱਥੇ। ਉਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ ਤਾਂ ਜੰਮੂ ਕਸ਼ਮੀਰ ਦੇ ਲਈ ਬੀਜੇਪੀ ਨੇ ਮੈਨੀਫੈਸਟੋ ਜਾਰੀ ਕੀਤਾ ਹੈ। ਅਮਿਤ ਸ਼ਾਹ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਧਾਰਾ 370 ਹੁਣ ਇਤਿਹਾਸ ਬਣ ਚੁੱਕੀ ਹੈ, ਉਹਨਾਂ ਨੇ ਕਿਹਾ ਹੈ। ਧਾਰਾ 370 ਹੁਣ ਕਦੇ ਮੁੜ ਕੇ ਨਹੀਂ ਆਏਗੀ। ਧਾਰਾ 370 ਵੱਖਵਾਦ ਨੂੰ ਵਧਾਵਾ ਦਿੰਦੀ ਸੀ, ਤਾਂ ਅੱਤਵਾਦ ਨੂੰ ਹਮੇਸ਼ਾ ਦੇ ਲਈ ਖਤਮ ਕਰਾਂਗੇ ਔਰ ਵਿਕਸਿਤ ਤੇ ਖੁਸ਼ਹਾਲ ਜੰਮੂ ਕਸ਼ਮੀਰ ਦਾ ਵਾਅਦਾ ਹੈ। ਅਮਿਤ ਸ਼ਾਹ ਨੇ ਕਿਹਾ ਹੈ ਰੁਜ਼ਗਾਰ ਦੇ 5 ਲੱਖ ਮੌਕੇ ਪੈਦਾ ਕਰਾਂਗੇ।
एक जमाने में धारा 370 की परछाई में यहां पर अलगाववाद, अलगाववादियों की मांगे, हुर्रियत जैसे संगठन और हुर्रियत जैसे संगठनों के